ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਪੰਨਬਾਸਤੇ ਪੀਆਰਟੀਸੀ ਬੱਸਾਂ ਦੀ ਹੜਤਾਲ ਹੋਈ ਖਤਮ 10 ਦਿਨਾਂ ਚ ਮੰਗਾਪੂੜਿਆ ਕਰਨ ਦਾ ਦਿੱਤਾ ਭਰੋਸਾ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਨ ਤੇ ਵੀਡੀਓ ਨੂੰ ਆੱਜ ਤੋਂ ਆਲਾਇਟ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਦੇ ਵਿੱਚ ਚੱਲ ਰਹੀ ਪੰਨਬਾਸਤੇ ਪੀਆਰਟੀਸੀ ਬੱਚਿਆਂ ਦੀ ਹੜਤਾਲ ਹੁਣ ਖਤਮ ਹੋ ਗਈ ਹੈ ਬਾਸ ਚਾਲਕਾਂ ਨੇ ਚੰਡੀਗੜ੍ਹ ਵਿੱਚ ਮੁੱਖ ਸੱਤਤਰੇ ਦੇ ਨਾਲ ਬੈਠਕ ਕੀਤੀ ਜਿਸ ਤੇ ਬਾਅਦ ਉਹਨਾਂ ਨੂੰ 10 ਦਿਨਾਂ ਦੇ ਵਿੱਚ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ ਦਾਜੀ ਕਿ ਅੱਜ ਪੰਜਾਬ ਰੋਡਵੇਜ਼ ਦਾ ਚੱਕਾ ਜਾਮ ਚੱਲ ਰਿਹਾ ਹੈ ਪੰਨਬਾਸ ਪੰਜਾਬ ਰੋਡਵੇਜ਼ ਪੀ ਆਰਟੀਸੀ ਕੰਕਰੀਟਰ ਵਰਕਰਸ ਯੂਨੀਅਨ ਦੇ ਮੈਂਬਰ ਸਰਕਾਰ ਪਿਛਲੇ ਖਿਲਾਫ ਰਣਾਰੇਬਾਜ਼ੀ ਕਰ ਰਹੇ ਸਨ ਪੰਡਬਾਸ ਦੇ ਪੈਪਸੂ ਰੋਡ ਟ੍ਰਾਂਸਪੋਰਟ ਕੋਆਪਰੇਸ਼ਨ ਦੀ ਲਗਭਗ 3000 ਬੱਸਾਂ ਦਾ ਚੱਕਾ ਜਾਮ ਹੋਇਆ ਸੀ ਸੂਬੇ ਦੇ ਵਿੱਚ ਅਤੇ ਅੰਤਰਰਾਜੀ ਦੀਆਂ ਬੱਸਾਂ ਉਪਲਬਧ ਨਾ ਹੋਣ ਕਾਰਨ ਭਾਰੀ ਗਰਮੀ ਤੇ ਉਮਮਸ ਦੇ ਮਾਹੌਲ ਵਿੱਚ ਯਾਤਰੀ ਖਾਸ ਕਰਕੇ ਮਹਿਲਾਵਾਂ ਬਜ਼ੁਰਗ ਤੇ ਬੱਚੇ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬੋਧ